अपनी बकवास बंद कर खच नो ता मेरी लत निकल गई है तो मैं गडाऊ मेरे को टुरया नहीं जाता पे लेकिन तू आदिया फीसा ना दे कोल रख पिया किसी होर डॉक्टर को इलाज करवा तेरा इलाज मेरे कोई नहीं है। डॉक्टर साहब तुसी समझते नहीं पे हो मेरा इलाज तुहाडे कोल ही होना है क्योंकि मैं शादी करना चाहना तो तुसी भी छड़े कुवा रहे हो मेरे नाल शादी कर लो रोला ही मुकाओ। आदि बकवास बंद कर मैं डॉक्टर है MBBS मैं किसी MBBS नाल शादी करनी है वो भी इस्लामाबाद च। MBBS MBBS नहीं MBBS होंदा ही ते नाले जे शादी करनी MBBS नाल तो साहिवाल दे बड़ा वड्डा डॉक्टर है दिमाग दा डॉक्टर अब्दुल रशीद चौधरी उन्दे नाल शादी कर ले बस 90 साल होंदी उम्र ਉਹਨਾਂ ਸ਼ਾਦੀ ਨਾ ਆਦੀ ਮਾਂ ਦੇ ਘਰ ਲਾ ਬਕਵਾਸ ਕੀਤੀ ਜਾਣਾ ਕੁੱਤੇ ਜੇ ਆ ਕੇ ਤੇ ਮੈਂ ਮੂੰਹ ਲਾਇਆ ਹੈਗਾ ਜਿਹੜਾ ਖਲੋ ਗਿਆ ਵੱਡਣ ਵਾਸਤੇ ਉਹਦਾ ਮਤਲਬ ਹੈ ਸ਼ਾਦੀ ਵੱਲੋਂ ਤੇਰਾ ਜਵਾਬ ਹੈ। ਹਾਂ ਮੈਂ ਸ਼ਾਦੀ ਵੱਲੋਂ ਇਨਕਾਰ ਕਰਦੇ ਪਿਆ ਗਿਆ ਤੇਰੀ ਸ਼ਾਦੀ ਨਾਲ ਨਾ ਵੈਸੇ ਹੀ ਮੈਂ ਰੱਜੀ। ਅੱਛਾ ਚਲੋ ਜੇ ਕਦੀ ਜ਼ਿਹਨ ਬਾਣੀ ਜਾਂਦਾ ਬੈਠੇ ਬੈਠੇ ਕਦੀ ਖਿਆਲ ਆ ਜਾਵੇ ਤੇ ਫਿਰ ਮੈਨੂੰ ਜ਼ਰੂਰ ਰੱਖੀ ਦੇਣ। ਜ਼ਰੂਰ ਯਾਦ ਰੱਖੀ ਆਦੀ ਸ਼ਕਲ ਗੁੰਮ ਕਰਕੇ ਸਜੇਨ ਦੇ ਬੱਚੇ ਆ ਕੇ ਕਾਲੇ ਗਿੱਦੜ ਨੋਵੇ ਤਾਂ ਠੀਕ ਹੈ ਮੈਂ ਫਿਰ ਦਵਾ ਸਾਸੇ ਕਮਾਣ ਜਾ ਤੇਰੇ ਨਾਲ ਮੂੰਹ ਕੌਣ ਲਾਵੇ। ਆਦੀ ਬਕਵਾਸ ਬੰਦ ਰੱਖਵੇ ਕੁੱਤੇ ਆ ਮੈਂ ਕੁੱਤਾ ਸਾਰਾ ਜਹਾਨ ਮੈਨੂੰ ਆਂਦਾ ਕੁੱਤਾ ਤੇ ਕਿੱਥੇ ਜਾ ਸੁੱਤਾ ਨੀ ਸੁਗਰੀ ਹੋ ਜਾਂਦੀ ਨੀ ਸੁਗਰੀ ਨੀ ਉਰਾ ਆਇ ਨੀ ਜ਼ਰਾ ਨੀ ਆ ਤੇਰੇ ਚਾਚੇ ਦੀ ਲੱਤ ਨਿਕਲ ਗਈ ਇਹਨੂੰ ਤਾਂ ਚੜਾ ਦੇ ਜ਼ਰਾ। ਇਹ ਚਾਚੇ ਦੀ ਲੱਤ ਕਿਵੇਂ ਨਿਕਲੀ ਏ ਖੋਚੀ ਤੇ ਡਿੱਗਾਂ ਤੇ ਨਿਕਲ ਗਈ। ਚਾਚਾ ਮੈਨੂੰ ਇਹ ਦੱਸ ਖੋਤੀ ਸੁਮਣ ਵਾਲੀ ਆਈ ਕਿ ਵਹਿਲੀ ਆਈ। ਇਹ ਤਾਂ ਪੁੱਤਰ ਮੈਨੂੰ ਨਹੀਂ ਪਤਾ ਸੁਮਣ ਵਾਲੀ ਆਈ ਕਿ ਵਹਿਲੀ ਆਈ ਮੇਰਾ ਇਲਾਜ ਕਰ ਮੇਰੀ ਲੱਤ ਗਈ। ਚੁੱਪ ਕਰ ਅੱਬਾ ਮੈਂ ਤੈਨੂੰ ਦੱਸਣਾ। ਹਾਂ ਖੋਤੀ ਸੁਮਣ ਵਾਲੀ ਆਈ 3 ਮਹੀਨੇ ਰਹਿੰਦਿਆ ਸੂ ਓਏ ਅਕਲ ਤੂੰ ਵਹਿਲੀ ਔਰਤ ਆ ਉਹ ਸੁਮਣ ਵਾਲੀ ਤੇ ਗੱਬਨ ਖੋਤੀ ਦਾ ਕੀ ਤਲਾ ਕਿ ਤੂੰ ਮੇਰੇ ਪਿਓ ਦੀ ਲੱਤ ਵੇਖ। ਮਿਸਟਰ ਸ਼ੌਕੀ ਐਂ ਦੀ ਬਕਵਾਸ ਨਾ ਆਦੀ ਘਰ ਵਾਲੀ ਨਾਲ ਕਰੀ ਮੇਰੇ ਨਾਲ ਨਾ ਕਰੀ ਪਿਆ ਮੈਂ ਡਾਕਟਰ ਹੈ ਕਿ ਮੈਂ ਪੂਰੀ ਤਕਸੀਦ ਕਰਕੇ ਉਸ ਤੋਂ ਬਾਅਦ ਇਹਦਾ ਇਲਾਜ ਕਰਸਾਂ। ਕੀ ਕਰਕੇ ਦੱਸਾਂ ਦੁਬਾਰਾ ਦੱਸੀ ਮੈਨੂੰ ਤਹਿਕੀਕ ਕਰਕੇ ਪਹਿਲੇ ਤੇ ਕੋਈ ਹੋਰ ਮੂੰਹ ਮਾਰੇ ਆਈ ਜਲਦੀ ਦੇ ਵਿੱਚ ਨਾ ਇੰਗਲਿਸ਼ ਦੇ ਲਫ਼ਜ਼ ਅਗਾ ਪਿਛਾ ਹੋ ਜਾਂਦੇ ਤੇ ਮੈਂ ਨਾ ਮੂੰਹ ਨਾ ਮਾਰ ਪਿਆ ਦੇ ਪਿਓ ਨੂੰ ਕਿਸੇ ਹੋਰ ਹਸਪਤਾਲ ਲੈ ਜਾ ਮੈਂ ਇਹਦਾ ਇਲਾਜ ਨਹੀਂ ਕਰੂੰ। ਉਹ ਮਸੇਰ ਸੁਗਰੀ ਤੂੰ ਤਾਂ ਐਵੇਂ ਮਹਿਸੂਸ ਹੀ ਕਰ ਗਈ ਆ ਤੈਨੂੰ ਪਤਾ ਹੈ ਮੈਨੂੰ ਮਜ਼ਾਕ ਕਰਨ ਦੀ ਆਦਤ ਹੈ। ਨੀ ਸੁਗਰੀ ਆਪਣੇ ਵੀਰ ਦਾ ਨਾ ਬੁਰਾ ਮਹਿਸੂਸ ਨਾ ਕਰ ਤੇ ਤੂੰ ਜਲਦੀ ਨਾਲ ਨਾ ਆਪਣੇ ਚਾਚੇ ਦੀ ਲੱਤ ਚੜਾ ਦੇ। ਚਾਚੀ ਚਾਚੇ ਨੂੰ ਨਾ ਐਡਮਿਟ ਕਰਨਾ ਪੈਸੀ ਮੇਰੇ ਘਰ ਦੇ ਵਿੱਚ ਉੱਥੇ ਲੈ ਆਓ। ਐਡਮਿਟ ਕੀ ਹੁੰਦਾ ਉਹ ਮਤਲਬ ਉੱਥੇ ਦਾਖਲ ਕਰ ਲਈ ਸਾਂ ਅੱਛੇ ਤੇ ਜੈਲ ਪਿੰਡ ਦਾ ਨਾ ਸਾਰੇ ਬੰਦੇ ਔਰਤਾਂ ਹੈਗੀਆਂ ਇੱਥੇ ਕੋਈ ਪੜੇ ਹੋਇਆ ਹੀ ਨਹੀਂ ਹੈਗਾ ਮੇਰੇ ਤੋਂ ਇਲਾਵਾ। ਹਾਂ ਤੂੰ ਜੋ ਇੱਕ ਪੜੀ ਹੋਈ ਹੈ ਸਾਰੇ ਪਿੰਡ ਨੂੰ ਤਾਰੀ ਬਣੀ ਹੈ ਚੱਲ ਅੱਬਾ ਅਗਾ ਲੈ ਕੇ ਟੁਰ ਜਾ ਇਲਾਜ ਕਰਵਾਣਾ ਚੱਲ। ਉਹ ਚੀਨਾ ਗੱਲ ਸੁਣ ਲੈ ਮੇਰੀ ਜਦੋਂ ਮੈਂ ਤੈਨੂੰ ਕਹਾਂ ਨਾ ਇੱਥੇ ਲੈਟ ਮਾਰਨੀ ਰੱਖ ਠੀਕ ਹੋ ਗਿਆ ਜੀ ਨਾ ਚੇਟ ਜਾਂਦੀ ਗੱਲ ਹਾਂ ਠੀਕ ਹੈ ਮੂੰਹ ਚ ਰੱਖ ਵੀ ਕਪੜਾ ਇਹਦੇ ਲੱਗ ਛੇਕ ਕੇ ਰੱਖੀ ਖਲੋਇਆ ਮੈਨੂੰ ਅਖਰ ਮੂੰਹ ਦੇ ਦੇ ਨਾ ਚੱਲ ਭਾਈ ਜਾਣੇ ਕੀ ਕਰਦੇ ਪਿਆ ਹੋ ਮੈਂ ਇਹਦੀ ਲੱਤ ਤੋੜ ਤੇ ਦੁਬਾਰਾ ਜੋੜਦਾ ਪਿਆ ਲੱਤ ਤੋੜ ਕੇ ਜੋੜਦਾ ਪਿਆ ਹੈਗਾ ਇਹ ਤਕਲਫ ਕਿਉਂ ਕਰਦਾ ਪਿਆ ਮੇਰਾ ਭਰਾ। ਉਹ ਬੈਣ ਮੇਰੀ ਤੂੰ ਸਾਰੀ ਜ਼ਿੰਦਗੀ ਸਾਡੇ ਸਿਰ ਤੇ ਤਾਂ ਨਹੀਂ ਨਾ ਰਾਣਾ ਅਸੀਂ ਤੇਰੇ ਕੋਲੋਂ ਇਹਦਾ ਫਾਇਦਾ ਉਠਾਣਾ ਚਾਹੁੰਦੇ ਆ। ਭਾਈ ਜਾਣੇ ਇਹ ਤਜਰਬਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਬਾਹੂ ਚੀਮੇ ਨੇ ਵੈਸੇ ਕਿਸੇ ਲੜਾਈ ਦੇ ਵਿੱਚ ਆਦੀ ਲੱਤ ਉਡਾ ਲੈਣੀ ਤੋ ਤੂੰ ਜੋੜ ਲਵੀਂ ਜਿਹਨੇ ਨਾ ਤੁੜਾਈ ਤੇ ਮੈਂ ਤਜਰਬਾ ਕਿੱਥੋਂ ਸਿੱਖਾਂ। ਬੈਣ ਮੇਰੀਏ ਮੇਰੀ ਲੱਤ ਤੋੜਨ ਦੇ ਮੈਂ ਵੀ ਤਜਰਬਾ ਕਰਨਾ ਹੈ ਕਿ ਮੇਰੀ ਲੱਤ ਟੁੱਟੀ ਦੇ ਕਿੰਨੇ ਕੁ ਪੈਸੇ ਭਰ ਸਕਦਾ। ਉਹ ਜੇ ਆ ਤੇਰਾ ਬੇੜਾ ਗਰਕ ਹੋ ਜਾਵੇ ਤੂੰ ਮੇਰੇ ਕੋਲ ਪੈਸੇ ਠੱਗਣ ਦੇ ਚੱਕਰਾਂ 'ਚ ਆਸ ਤੇਰਾ ਬਲਾ ਹੋ ਜਾਵੇ ਯਾਰ ਅੰਡੀ ਕਾਉਣੀ ਦੇ ਪੋਤਰਾ ਇੱਟ ਮੇਰੇ ਪੈਰ ਤੇ ਮਾਰ ਦਿੱਤੀ ਆਈ। ਓਏ ਹੋਏ ਭਰਾਵਾ ਚਿੰਮਿਆ ਇਹਨੂੰ ਤਾਂ ਬਾ ਓ ਬਾਈ ਮੇਰੀ ਲੱਤ ਗਈ ਹੋਈ ਉਹ ਤੂੰ ਟੈਨਸ਼ਨ ਨਾ ਲੈ ਤੇਰੀ ਬਹਿ ਨਹੀਂ ਗਈ ਤਾੜਿਓ ਉਹ ਤੇਰਾ ਮੁਕਾ ਚਟਕ ਲਾ ਨਾ ਤੈ ਨੀ ਸੁਗਰੀ ਆਪਣੇ ਭਰਾ ਦੀ ਲੱਤ ਹੁਣ ਬਾਅਦ ਚ ਜੋੜੀ ਮੇਰੇ ਬੰਦੇ ਦੀ ਲੱਤ ਜਲਦੀ ਜਲਦੀ ਚੜਾ ਦੇ ਮੇਰੇ ਬੰਦੇ ਨੇ ਪੱਠੇ ਲੈਣ ਜਾਣਾ ਹੈ ਸਾਨੂੰ ਪੱਠਿਆਂ ਤੋਂ ਦੇਰ ਹੁੰਦੀ ਪਈ। ਇਹ ਹੁਣ ਪਹਿਲੇ ਆਪ ਦੇ ਭਰਾ ਦੀ ਲੱਤ ਜੋੜ ਸੀ ਮੋੜ ਬੂੜੇ ਦੀ ਜੋੜ ਸੀ ਨਹੀਂ ਪਹਿਲੇ ਅਸੀਂ ਆਏ ਗਏ ਆ। ਓਏ ਉਹਨੇ ਸਿਗਾਰ ਦੀ ਲੱਤਾਂ ਛੱਡ ਦੇ ਜੇ ਪਹਿਲੇ ਬਾਹਰ ਦੀ ਜੋੜਨ ਲੱਗ ਪਵੀਏ ਭਰਾ ਜਾ ਗਿਆ ਤੇਰੀ ਲੱਤ ਨੂੰ ਕੁਛ ਵੀ ਨਹੀਂ ਹੋਇਆ ਥੋੜਾ ਜਿਹਾ ਨਾ ਟੁਰ ਕੇ ਆ ਬਾਹਰ ਪਾ ਲੱਤ ਬਾਹਰ ਨਹੀਂ ਟੁਰਿਆ ਜਾਂਦਾ ਟੁਰ ਸੈ ਤੂੰ ਬਾਹਰ ਪਾ ਆਏ ਥੋੜਾ ਜਿਹਾ ਟੁਰ ਕੇ ਆ ਆਏ ਚਾਚਾ ਕੁਕੀ ਤੂੰ ਲੰਮਾ ਪੈ ਸੰਭਾਲ ਦੇ ਅੱਬਾ ਇੱਧਰ ਆ ਜਾ।
ਆ ਚੀਮਿਆ ਇਹਦੇ ਮੂੰਹ ਦੇ ਵਿੱਚ ਨਾ ਆ ਕਪੜਾ ਦੇ ਜਿਆਦਾ ਤਕਲੀਫ ਤੇ ਨਾ ਦੇਸੋ ਪੱਟ ਮੂੰਹ ਨੀ ਸੁਗਰੀ ਮੈਨੂੰ ਤਾਂ ਲੱਗਦਾ ਮੇਰਾ ਬੰਦਾ ਵੈਸੇ ਹੀ ਪੋਰ ਹੋ ਗਿਆ ਹੈ ਪਰ ਨਹੀਂ ਹੋਇਆ ਸਕੂਨ ਹੈ ਚੋ ਗਿਆ ਤੇ ਹੁਣ ਮੇਰੀ ਫੀਸ ਮੈਨੂੰ ਦਿਆ ਤੇ ਇਹਨੂੰ ਲੈ ਜੋ ਘਰੇ ਠੀਕ ਹੋ ਗਿਆ ਉਹ ਵੱਡੀ ਨਰਾ ਸੋ ਪਹਿਲੇ ਮੇਰਾ ਪਿਓ ਟੋਰਤਾ ਲਵੇ ਮੋੜ ਤੇ ਫੀਸ ਦਿਸਾ ਉਹਨੂੰ ਅਗਲੇ ਆਲੂ ਫੱਤ ਵਜਾ ਛੜੇ ਉਹ ਬਿਲਕੁਲ ਬੇਹੋਸ਼ ਹੋ ਗਿਆ ਅੱਡਾ ਫਰ ਜਾ ਕੇ ਇਹਨੂੰ ਤਾਂ ਉਠਾਓ ਇਹ ਟੋਰ ਪੇ ਸਿਉਣੇ ਜਿਹੜਾ ਤੂੰ ਹਾਲਾਤ ਕਿੰਦਾ ਨਾ ਮੈਨੂੰ ਨਹੀਂ ਲੱਗਦਾ ਮੇਰਾ ਪਿਓ ਟੋਰ ਕੇ ਘਰ ਜਾਸੀ ਆ ਭੈਣ ਮੇਰੀ ਲੱਤ ਠੀਕ ਹੋ ਗਈ ਆ ਵੇਖ ਮੇਰਾ ਬਰਾ ਠੀਕ ਹੋ ਗਿਆ ਤੇ ਮੇਰੀ ਫੀਸ 50000 ਰੁਪਏ ਦੇ ਤਾਦੇ ਪਿਓ ਨੂੰ ਲੈ ਜਾ 50000 ਰੁਪਏ ਸਾਡੇ ਕੋਲ ਕੋਈ ਨਹੀਂ ਆ ਰੁਪਈਆ ਹੀ 2000 ਜੇ ਮੇਰਾ ਪਿਓ ਟੋਰ ਪਿਆ ਨਾ ਤੇ ਸਾਡੇ ਘਰੋਂ ਆ ਕੇ ਲੈ ਲਵੀ ਜਿਹੜੇ ਸਾਡੇ ਕੋਲ ਬਣ ਗਏ ਉਹ ਤੇ ਨਿਸਾਨ ਹਾਂ ਸੁਗਰੀ ਪੁੱਤਰ ਤੂੰ ਮੇਰੇ ਘਰੋਂ ਆ ਕੇ ਲੈ ਜਾਵੀਂ ਪੈਸੇ ਪੈਸਿਆਂ ਦੀ ਕਿਹੜੀ ਗੱਲ ਏ ਬਸ ਇੱਕ ਵਾਰੀ ਤੇਰਾ ਚਾਚਾ ਠੀਕ ਹੋ ਜਾਵੇ ਚਾਚੀ 48000 ਦਾ ਨਾ ਜਾ ਕੇ ਬੰਦੋਬਸਤ ਕਰ ਚਾਚਾ ਠੀਕ ਹੈਗਾ ਤੇ ਕੱਲ ਫਿਰ ਲੈ ਆਵੀਂ ਦੋ ਝਟਕੇ ਹੋਰ ਦੇ ਸਾ ਤੇ ਬਿਲਕੁਲ ਠੀਕ ਹੋ ਜਾਸੀ ਉਸ ਤੇਰਾ ਇੱਕ ਝਟਕਾ ਨਹੀਂ ਬਰਦਾਸ਼ਤ ਕੀਤਾ ਤੇ ਜੇ ਤੂੰ ਮੈਨੂੰ ਦੋ ਝਟਕੇ ਦੇਣੇ ਨੇ ਤਾਂ ਪੁੰਜੀ ਕਟੂਲ ਹੋ ਜਾਸੀ ਵੇ ਤੂੰ ਜ਼ਿਆਦਾ ਮੂੰਹ ਨਾ ਵਾਇਆ ਕਰ ਬਕਵਾਸ ਆਪਣੀ ਬੰਦ ਰੱਖ ਹੋ ਡਾਕਟਰ ਦੇ ਤੂੰ ਨਹੀਂ ਕੀਮਤ ਜਗਾ ਡਿਊਟੀ ਸਰ ਅੰਜਾਮ ਦੇ ਆ ਇਹਨਾਂ ਨੇ ਘਰੇ ਛੱਡ ਕੇ ਆਓ ਠੀਕ ਹੈ ਬੈਣਾ ਓਕੇ ਚੱਲ ਬਈ ਦੇ ਆ ਸਿਰੇ ਪਈਆ ਹਾਂ ਬਈ ਕਾੜ ਕੜਛੀਏ ਸੁਣਾ ਕੀ ਹਾਲ ਹੈ ਲੱਖ ਦੀ ਲਾਨਤ ਪਵੇ ਤੇਰੇ ਮੂੰਹ ਦੇ ਉੱਤੇ ਕਈ ਮੈਂ ਕਿਤਨੀ ਵਾਰੀ ਆ ਕੇ ਤੇ ਮੈਨੂੰ ਇਹ ਲਫ਼ਜ਼ ਨਾ ਸਦਿਆ ਕਰ ਚਲੋ ਹੋਰ ਤੈਨੂੰ ਕੀ ਸਦ ਲਿਆ ਕਿਤੇ ਕਰ ਚਮਗਾਦੜ ਸਦ ਰਿਆ ਕਿਤੇ ਕਰ ਚਮਗਾਦੜ ਰੰਗਾ ਤਾਂ ਤੂੰ ਮੈਂ ਮੂੰਹ ਮਾਰ ਜਿਹੜੀ ਗੱਲ ਪਰ ਮਾਰਨਾ ਹੀ ਐਵੇਂ ਮੈਂ ਨਾਲ ਫਾਲਤੂ ਗੱਲਾਂ ਨਾ ਕਰ ਮੈਂ ਲੱਗਾ ਜਾਂਦਾ ਸੁ ਮੈਂ ਸੋਚਿਆ ਪੁੱਛ ਲਵਾਂ ਕੀ ਹਾਲ ਐ ਸੁ ਮੇਰਾ ਹਾਲ ਠੀਕ ਹੈ ਮੇਰੇ ਹਾਲ ਨੂੰ ਕੁਛ ਨਹੀਂ ਹੋਇਆ ਤੂੰ ਮਿਹਰਬਾਨੀ ਕਰਕੇ ਨਾ ਉਤਲੇ ਬਾਜ਼ਾਰ ਚ ਲੱਗਿਆ ਕਰ ਸਾਡੇ ਵਿਹੜੇ ਚ ਨਾ ਲੱਗਿਆ ਕਰ ਚਲੋ ਠੀਕ ਹੈ ਆਪਾਂ ਇਦੂ ਅਗਾਂ ਤੋਂ ਬਾਅਦ ਨਾ ਲੱਗਸਾਂ ਉਤਲੇ ਬਾਜ਼ਾਰ ਲੱਗ ਗਿਆ ਕਿਤੇ ਕਰਸਾਂ ਇਹ ਤਾਂ ਮੈਂ ਵੈਸੇ ਤੈਨੂੰ ਪੁੱਛਣ ਵਾਸਤੇ ਇਦੂ ਦੀ ਲੱਗਿਆ ਤੇ ਬਸ ਦੇ ਵਿੱਚ ਜੇਬ ਕਟੀਨ ਦੀ ਫਤੇਜੀ ਹੈ ਉਹਨਾਂ ਲਿੱਤਰ ਤਾਂ ਤੈਨੂੰ ਬੜੇ ਮਾਰੇ ਹਨ ਤੇ ਐਵੇਂ ਹੀ ਛੱਡ ਦਿੱਤਾ ਇਹਨੇ ਕੋਈ ਕਿਸੇ ਪੈਸੇ ਵੀ ਲੈ ਗਿਆ ਆ ਕਿਸੇ ਕੁੱਤੀ ਨਸਲ ਦੇ ਮੈਂ ਤੇ ਤੇਰੇ ਕਿਸੇ ਪਿਓ ਦੀ ਵੀ ਜੇਬ ਨਹੀਂ ਕੱਟੀ ਆਈ ਮੇਰਾ ਹੱਥ ਤਾਂ ਗੁਜ਼ਰਤੂ ਲੱਗ ਗਿਆ ਉਹਦੀ ਜੇਬ ਨਾਲ ਤੂੰ ਨਾ ਸ਼ੱਕ ਮੇਰੇ ਤੇ ਕਰ ਲਿਆ ਉਹ ਤੇਰੀ ਸ਼ਕਲ ਹੀ ਚੋਰਾ ਰੰਗੀ ਜੇ ਤੇਰਾ ਜੇ ਹੱਥ ਲੱਗਾ ਵੀ ਹੈ ਬਾਕੀ ਤੇਰੀ ਉਹਨਾਂ ਮੁਰੰਮਤ ਸਹੀ ਕੀਤੀ ਹੈ ਮੇਰੀ ਮੁਰੰਮਤ ਕਮਰ ਜਾਂ ਮੈਂ ਬੂਟ ਤੇ ਮੂੰਹ ਆ ਲਿਆ ਇੱਦਾਂ ਕੀ ਕਰਨ ਆਇਆ ਉਹ ਮੈਂ ਇਹਦੂ ਲੱਗਿਆ ਮੈਂ ਆਖਿਆ ਸੋਚਿਆ ਵੀ ਆ ਕਾੜ ਕੜਛੀ ਨੂੰ ਪੁੱਛ ਲਵਾਂ ਵੀ ਇਹਨੂੰ ਲਿੱਤਰ ਕਿਉਂ ਪੈਣ ਉਹਨੂੰ ਲਿੱਤਰ ਜਿਵੇਂ ਪੈ ਗਏ ਠੀਕ ਪੈ ਗਏ ਤੂੰ ਅਗਾ ਤੇ ਇਹਦੂ ਨਹੀਂ ਲੱਗਣਾ ਜੇ ਅਗਾ ਤੇ ਇਹਦੂ ਤੂੰ ਲੱਗਿਆ ਅਸੀਂ ਦੋਵੇਂ ਸਵਾਣੀ ਮਰਦ ਰਲ ਕੇ ਤੇਰੀ ਅਸੀਂ ਪੇਂਜ ਕੱਢ ਦਿਸਾਂ ਹਾਂ ਮੀਆਂ ਤੁਸੀਂ ਪੇਂਜ ਕੱਢ ਸਕਦੇ ਨੇ ਤੁਸੀਂ ਇਸ ਇਲਾਕੇ ਦੇ ਡਾਊਨ ਬਣ ਗਏ ਨੇ ਸਵਾਣੀ ਤੇਰੀ ਜੇਬਾਂ ਕੱਢਦੀ ਏ ਮਾਲ ਤੁਹਾਡੇ ਕੋ ਖੁੱਲਾ ਜਿੱਦੀ ਮਰਜ਼ੀ ਪੇਂਜ ਕੱਢ ਦਿਓ ਨਾ ਤੂੰ ਇੱਥੇ ਖਲੋ ਨਾ ਇਹਨੂੰ ਫਾਦ ਲਾ ਤੇ ਦਿਲਾਤ ਬਾਂ ਕੜਕਾ ਸਾਟੇ ਨੂੰ ਅੱਗੇ ਤੂੰ ਨਸੀਹਤ ਆ ਜਾਏ ਵੀ ਇਹੋ ਜੀ ਗੱਲ ਬਿੱਲੋ ਨੂੰ ਮੈਂ ਨਾ ਕਰਾਂ ਐਵੇਂ ਐਵੇਂ ਬੇਗਮ ਜੀ ਲੱਗਦਾ ਮੈਨੂੰ ਹੀ ਐਵੇਂ ਪਿਆ ਐਵੇਂ ਇਸ ਗੋਲੇ ਇਥੋਂ ਕੋਈ ਨਹੀਂ ਜਾਵਣਾ ਇਹਦੀ ਲੱਤ ਜਾਂ ਬਾਂ ਕੜਕਾ ਇਸਾ ਮੋੜੇ ਲੂ ਲੋਕ ਇਥੋਂ ਜਾਸੀ ਰੇੜ ਰੇੜ ਕੇ ਅੱਛਾ ਹੁਣ ਤੂੰ ਉਹਦੀ ਗੈਰਤ ਜਗਾ ਲਈਏ ਲੇਕਿਨ ਵੇਖ ਲੈ ਉਹ ਮੁੜ ਖਲੋਤਾ ਹੋਏ ਉਹਦੀ ਗੈਰਤ ਨਹੀਂ ਜਾਗਦੀ ਮੇਰੀ ਗੈਰਤ ਬੜੀ ਜਾਗਦੀ ਹੁਣ ਤੂੰ ਸਿੱਧੋ ਜਾ ਤੈਨੂੰ ਮੈਂ ਵੇਂਦਾ ਵੇਖ ਵੇਂਦਾ ਓਏ 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 ਕਿਲੋ ਤੇਰਾ ਮੁਕਾਲਾ ਹੋਵੇ ਨਾ ਖਾਚ ਦੇ ਕੇ ਭਾਣਾ ਜੱਟੀ ਹੈ ਮੇਰੀ ਸਵਾਣੀ ਨੂੰ ਡਾਂਗ ਜਾਂਦੀ ਕਿੱਥੇ ਗਿਆ ਮੈਂ ਤਾਂ ਜੇ ਸਾਗੂ ਆ ਜਾਣੀ ਮੈਂ ਉਹਨੂੰ ਜਾ ਡਾਂਗ ਜਾਂਦੀ ਕਾਲੇ ਮੂੰਹ ਵਾਲੇ ਜ਼ੋਰ ਕੇ ਕਿਲੋ ਅੰਦਰ ਕੁਵਾੜੀ ਚਾਲ ਟੁੱਟ ਗਈ ਮੇਰੇ ਸਾਈਂ ਦੀ ਲੱਤ ਕਾਲਿਆ ਹੋਠਾਂ ਲਿਆ ਉਹ ਬੇਗਮ ਜੀ ਮੈਨੂੰ ਕੁਝ ਵੀ ਨਹੀਂ ਹੋਇਆ ਮੈਂ ਠੀਕ ਠਾਕ ਹਾਂ ਹੁਣ ਵੇਖ ਸੇ ਮੈਨੂੰ ਕੋ ਬਦਲਾ ਕਿਵੇਂ ਲੈਂਦਾ ਜਿਵੇਂ ਮੇਰੀ ਸੋਟੀ ਮਾਰੀ ਲੱਤ ਹੈ ਪਾਏ ਜਾ ਇਹਨੂੰ ਬਾਤ ਰੋਟ ਗਈ ਕਿ ਬਚ ਗਈ ਲੱਗੀ ਗਈ ਆਈ ਲੈ ਵੀ ਦੋਸਤਾ ਮੈਂ ਵੀ ਇਹੋ ਕੁਛ ਚਾਹੁੰਦੀ ਹਾਂ ਸੁ ਕਿ ਮੇਰੇ ਸਾਈਂ ਦੀ ਬਾਹ ਵੱਜੇ ਤੇ ਹੁਣ ਤੇਰੇ ਤੇ ਮੈਂ ਦੇਸਾਂ ਐਡਾ ਲੰਮਾ ਪਰਚਾ ਪਰਚਾ ਥੋੜਾ ਜਿਹਾ ਵਧਾ ਐਡੇ ਪਰਚੇ ਨਾਲ ਮੇਰਾ ਨਹੀਂ ਸਰਨਾ ਹੀ ਬੜਾ ਸਾਰ ਗਿਆ ਸੀ ਅਸੀਂ ਟੈਲੀਨਾਰ ਦੇ ਖੰਭੇ ਜਿਹੜਾ ਤੇਰੇ ਤੇ ਪਰਚਾ ਦੇਸਾਂ ਜਿਹੜਾ ਮਰਜ਼ੀ ਪਰਚਾ ਦੇ ਦਿਓ ਮੈਨੂੰ ਕੋਈ ਟੈਨਸ਼ਨ ਨਹੀਂ ਆ ਡਾਂਗ ਤੁਹਾਡੀ ਆ ਟੁੱਟੀ ਹੋਈ ਬਾਹ ਤੁਹਾਡੀ ਬੇਗਮ ਹੁਣ ਬਾਹ ਤੁੜਾ ਕੇ ਆ ਗਏ ਬੇਗਮ ਹੁਣ ਕੀ ਹੈ ਚੱਲ ਮੈਨੂੰ ਸੁਗਰੀ ਕੋ ਲਾ ਚੱਲ ਉੱਥੇ ਮੇਰੀ ਜਾ ਕੇ ਬਾਹ ਵੀ ਖਾ ਤੇ ਮੋੜੇ ਸਲਾਂਤੀ ਤੇ ਪਰਚਾ ਦੇਵੇ ਸਟੋਰ ਅਗਾ ਚੱਲ ਮੁੱਜੂ ਆ ਨੀ ਸੁਗਰੀ ਕਿਹੜਾ ਤੂੰ ਲਾਣਾ ਲਾਣਾ ਸੀ ਸਾਡੇ ਕੋਲ ਤੈਨੂੰ ਮੈਂ ਆਪਣੇ ਬੰਦੇ ਦੀ ਲੱਤ ਕਿਹਾ ਸੀ ਜੋੜ ਤੇ ਤੂੰ ਉਹਨੂੰ ਤੋੜ ਕੇ ਰੱਖ ਦਿੱਤਾ ਹੈਗਾ ਅੱਛੀ ਗੱਲ ਹੈ ਨਾ ਤੇ ਤੂੰ ਮੇਰੇ ਬੰਦੇ ਦੀ ਲੱਤ ਜੋੜ ਦੇ ਨਹੀਂ ਤਾਂ ਮੇਰੇ ਤਾਂ ਬੁਰੀ ਔਰਤ ਕੋਈ ਜਾ ਬੀਬੀਆਂ ਦੇ ਘਰੇ ਜਾ ਆਪੀ ਇੱਥੇ ਮੇਰਾ ਸਿਰ ਨਾ ਖਾ ਵੀ 5 ਸਾਲ ਇਸਲਾਮਾਬਾਦ ਵਿੱਚ ਕੋਰਸ ਕੀਤਾ ਹੈ ਕਿ MBBS ਦਾ ਤੂੰ ਮੇਰੇ ਤੇ ਇਲਜ਼ਾਮ ਲਾਈ ਜਾਨੀ ਹੈ ਕਿ ਤੁਹਾਡੇ ਘਰ ਦੇ ਵਿੱਚ ਹੀ ਉਹਦੀ ਲੱਤ ਨੂੰ ਕੁਝ ਹੋਇਆ ਹੈਗਾ ਮੈਂ ਇੱਥੋਂ ਚੰਗਾ
मेनू पता कोई नी गल जिन्ना ओदी लाता खर्चा सारा इत्थे रखो मेनू लगता मेरी ये भैन है जिवें तप घ्यो रन गई है ना ये काम पुट्ठा पै जाना आपां मेरा भरा छोटी मोटी टेंशन नहीं लई दी इनू परे कर लैन दे ओ निबड़ ला जों दे ना कर ले सा तू घबरा ना ओके जग्गा साहब मेरी लत तोड़न वाला तजुर्बा तो करो ओ परा जाए अज ही शेर ते टोडे आ खच्चर दी बांह जुड़ाई आउनी है ओदी बांह मैं जुड़ावा ते बावे ना जुड़ावा तेरी बांह दी अज खैर काई नहीं ओए मेरी बांह कोई कच दी नहीं थोड़े लांता ले काम कर ले कर तू नसीता ना कर मेनू घर अपना सिर्फ चल ओए मां हां मेरी बांह निकल गई है बात अज कल किसी नसीहत करन दी वाह कोई नी सिर नंगी लगी जांदी आई मैं को शर्म हया कीता कर सिर ते कपड़ा कीता कर अगू रमजान शरीफ दा बा बरकत महीना आवन आला तो तू हुणे नाल बेहयाई फला नी पई ओ चाचा कूड़ मारी जांदा ए उंदे नाल पुट्टे सदा ताई कट साईयां दी बा बन्नी है ओ चल दफा हो चाचा बल जी तू एवें खाडे ते गुवा डड्डू बणया खड़ोता मैं ते सिद्धी गल दसदा सिद्धी गल दसदा ते जो तैनू किसे गल दा पता ही नहीं है तैनू कई लोड़ पई खड़ोता ते पुट्ठे नाच देना है चंगा कीता तेरी बांह बननी मैं ता नहीं अल्लाह करे ते तेरी लत्ता भी बन देना मैं खुश होवां वेखे तू ओंदे गल पाऊ आई हो इनू मेरी नजर दूर कर ला ओना वे दू बांह दी मैं बन देवा अगा इन बन दी लत्ता ते बन दी बांह हां तैनू हुण ठड पै गई है चल निकल दफा हो जा ऐ करो पहले जेड़ी मेरी टुट्टी खड़ोती है बांह इनू गडा लो उस तो बाद आ बांह थुरका देवे आदा शौक भी पूरा कर लवे मैं तेरी दूई बांह में तोड़ना फिर कठियां जुड़वा लंगा ऐ हट जा आ खुदा दा ना एको जनाक इंदे पर बांह जुड़वा ली लांती दी बेगैरत ना होवे ता ओ चेक करा अरे कदी आंख निकल गई सू ते टुट्टी कोई नहीं है ओ जी निकल गई ਇਨੂੰ ਆਪਾਂ ਲਾ ਚਲੀਏ ਤੇ ਜਿਹੜੀ ਉਹ ਸੁਗਰੀ ਨਹੀਂ ਏ ਉਹ ਜਿਹੜੇ ਮੈਂ ਡਾਕਟਰ ਨਹੀਂ ਉਹਦੇ ਕੋਲ ਲਾ ਚਲੀਏ ਹਾਂ ਹਾਂ ਸੁਗਰੀ ਕੋਲ ਲੈ ਚੱਲਨੇ ਅੱਖ ਨਹੀਂ ਨਿਕਲੀ ਦੋਵੇਂ ਅੱਖੀ ਨਿਕਲ ਗਈਆਂ ਨੇ ਹੁਣ ਬਿਸ਼ਰਮੀ ਟਾਲਦਾ ਪਿਆ ਬਗੈਰਤ ਨਹੀਂ ਤਾਂ ਚਲ ਬਾਜਿਆ ਮੈਂ ਤਾਂ ਚਾਹ ਬਣਾਉਗਾ ਸੁਠਾਡੀ ਬੜੀ ਆ ਟੋਰੇ ਲੁੱਲੇ ਆ ਕੇ
भाई जाने तानू की मसला है, तुसी क्यों रोई जांदे ने? ओदी तकलीफ मैं इत्थों वेखी नहीं जांदी भैन मेरी है। तेरे कोल तकलीफ नहीं वेखी जांदी, तेरे मामे दी धी हैगी है। ओठ मस्कान है तेरा, गिड्डा मैं ठीक कर दिता है, तो साडे वेड़े विच सत्थर ना पा, ओठ के आदे घरे जा पिया। मैं तेरा इत्थे सत्थर पासा, मैनू मोच आई है, तू फड़ के मेरा गिट्टा तोड़ दिता है, हुण मैं तो फंक्शन करन तू ही बह गई आ। ओ तू तो टुरी जांदी स्ट्रैट लेनी है, इंदे जोंदा की गुनाह है, आते कि नहीं तोड़ा लिया सही। तू चुप करके खड़ोए बांदर दे पड़छावे, मेरा दिमाग खराब, मैं आधा गिट्टा आपे तोड़ा लवा, आ इन्ने तोड़े इंदा मुकाला होया है। चल निकल इत्थों, चल मैं खुसर खुसरा दे घरे जा, निकल दो उठ। अगला करे तेरी शादी किसे कोड़े नाल होवे, काले शाह नाल होवे, ओनु नाल लेके टुरे ते तेनु शर्मिंदगी महसूस होवे। आमीन, अल्लाह तेरी जबान च बरकत पावे। मैं सुनया तुहाडी बात दुआ बड़ी कबूल होंदी है। क्यों भी मिस्टर काले शाह काकू किवें आया? आ मेरी मां निकल गई है, ए गडावन आया। बड़े अरसे दी मेरी दाल हेठ नहीं आउंदी पई। ये की बकवास कीती गई? इनू बकवास करन दे, अज नवा इलाज कर के नू गलसा। चल आ रमजी तेरी बांह ठीक करा। मेरी बांह फड़ ते नाले गाना भी गा, नहीं छड़नी मारे संवर्गी, कर ले जग जो करना ते नाल जोड़। ए रेशम वर्गी ते नहीं है, ता खद्दर रंगी है। चलो मोड़ भी जोड़ जा। भाई जान ओ तू एट चाक लिया। एट दा की करना है? फलकू एट नु की करू है? आप दे तरीके नाल जोड़नी उने। देख लेनी टेंशन नहीं लेनी, एट नाल ना बांह ठीक करनी है। कर कर एट आ गई। एट मार। झूठी डाक्टर मेरे बंदे दी लत निकली हुई सी, तोड़ के रख दिती। यही फैसला लैके मैं तुहाडे घर गई सी के इहनू आके पुछो। कुड़िए अगर तू सही डॉक्टर है तो आधी डिग्री भी खा। चाचा जी मेरे को डिग्री कोई नहीं आएगी, डिग्री बनवाने दीती है। तो मोड़ मेरे पुत्र, डिग्री बनवावन तो पहले पर्चा चलन की तैयारी कर। तो है मेरे पुत्र दी बात रोड छड़ी है, तो हुन तो छुपैनी लित्ता ठोके से लित्ता दे इंतजार कर। नहीं नहीं मैनू एवे लित्तर पैसन पे है। भाई जाने ए पर्चा हो जांदा है। पर्चा हो जांदा है ते तेरी जेली डिग्री? भाई जाने मेरे को ते जेली भी डिग्री कोई नहीं हैगी, मैं तो अस्पताल विच सफाई करदी रही आसु ते ठान के मैं डॉक्टर हैगी आ। एदा मतलब है के तू साडे ते झूठा रोब छड़दी रही? ओए अब्बा चलिए थाने इंदे ते पर्चा कराइए। ओ चाचा ओ मेरी बहन झूठ बोलदी रही है, आ मैं तेरे को माफी मांगदा पिया, हुण इंदी सजा ए है के मैं अपनी बहन दा रिश्ता इस मुंडे नु देना। भाई जाने की आखी जांदे ने? ओ बाजी जान साडे को थाने वाले लित्तर नहीं चले जांदे, उन्हां दे लित्तर बड़े बाहर हैं, तो सर्दी साडे तो पिंडा ही लू ले सर, तो मैं जेड़ा फैसला कीता ने इन्हां शादी कर लो सही कीता। ठीक है भाई जान, जेड़ा तुसी फैसला कीता हैगा तुसी ठीक ही कीता होना, मैनूं मंजूर है। है नी कक्के मुंह वाली है, मेरे उत्ते थुक्का क्यों सट्टी जानी है? मुका ली आ तेरे उत्ते थुक्का ता सट्टी जानी हैगी, तू मैनूं बददुआ दी दी ते तेरी बददुआ मैनूं लगी है। ओ मैं मन गया के तुहाडी बददुआ बड़ी लगदी है, अग्गे ते मैं खुसरिया नूं छेड़दा आ सुना, हुण मैं खुसरिया नूं रुपया दित्ते करांगा। मेरे पुत्तर हुण बरात कदों लै के आईए? तुसी चाचा जी जदों मर्जी लै के आ जाओ। चाचा जी मेरे बंदे दा की बनेगा जेड़ी इन्हें ओदी लत भन्नी है? ओ काम कार ते अगे कोई नहीं करदा, चलो मंजी ते प्यारा सी तो लोग पुछने दित्ती रखसन। पर मेरी शादी ते जरूर ओ आवे, भावे मंजी ते आवे। मंजी ते ही गया ते मंजी ते ही आना। ऐसी मजीद फनी वीडियोस देखने के लिए हमारे चैनल रचनावी टीवी को सब्सक्राइब करें।